ਜਿਹਦੇ ਵਿੱਚ ਇਹਨਾਂ ਨੇ ਐਪਲੀਕੇਸ਼ਨ ਦੇ ਵਿੱਚ ਇਹ ਦੱਸਿਆ ਵੀ ਭੁਪਿੰਦਰ ਸਿੰਘ ਹਨੀ ਕੋਆਪਰੇਟ ਨਹੀਂ ਸੀ ਕਰ ਰਹੇ। ਇਹਨਾਂ ਨੇ ਆਪਣੇ ਗਰਾਊਂਡ ਜੱਜ ਸਾਹਿਬ ਦੇ ਅੱਗੇ ਰੱਖੇ ਐਪਲੀਕੇਸ਼ਨ ਦੇ ਦੁਆਰਾ। ਉਸ ਤੋਂ ਬਾਅਦ ਅਸੀਂ ਉਹਨਾਂ ਦਾ ਜਵਾਬ ਦਿੱਤਾ। ਜਵਾਬ ਦੇ ਵਿੱਚ ਅਸੀਂ ਦੱਸਿਆ ਵੀ ਇਹਨਾਂ ਨੂੰ ਕੋਵਿਡ ਸੀ, ਜਿਹਦੀਆਂ ਰਿਪੋਰਟਸ ਇਹਨਾਂ ਨੂੰ ਨਾਲ ਦਿੱਤੀਆਂ ਸੀ ਅਤੇ ਅਸੀਂ ਰੈਗੂਲਰਲੀ ਅਪੀਅਰ ਕਰ ਰਹੇ ਸੀਗੇ। ਅਸੀਂ ਕਲੀਅਰਲੀ ਦੱਸਿਆ ਵੀ ਅਸੀਂ ਪਹਿਲਾਂ ਵੀ ਹਮੇਸ਼ਾ ਤੁਹਾਡੇ ਨਾਲ, ਜਦ ਤੁਸੀਂ ਕਿਹਾ ਅਸੀਂ ਜਿਸ ਟਾਈਮ 'ਤੇ ਬੁਲਾਇਆ ਗਿਆ ਸੀ ਉਸ ਟਾਈਮ 'ਤੇ ਪਹੁੰਚੇ, ਅਤੇ ਤੁਹਾਡਾ ਜਿਹੜਾ ਬੇਸਿਕ ਗਰਾਊਂਡ ਹੈ ਵੀ ਅਸੀਂ ਕੋਆਪਰੇਟ ਨਹੀਂ ਕਰ ਰਹੇ ਉਹ ਬਿਲਕੁਲ ਗਲਤ ਹੈ। ਇਸ ਚੀਜ਼ 'ਤੇ ਜੱਜ ਸਾਹਿਬ ਨੇ ਸਾਡੀਆਂ ਕੰਟੈਂਸ਼ਨ ਸੁਣੀਆਂ, ਦੂਸਰੇ ਈਡੀ ਦੀਆਂ ਵੀ ਕੰਟੈਂਸ਼ਨ ਸੁਣੀਆਂ। ਜੱਜ ਸਾਹਿਬ ਨੇ ਸਾਡੀਆਂ ਕੰਟੈਂਸ਼ਨਸ ਅਤੇ ਇਹਨਾਂ ਦੀਆਂ ਕੰਟੈਂਸ਼ਨਸ ਇਹਨਾਂ ਦੋਵਾਂ ਦੇ ਆਧਾਰ 'ਤੇ 8-2 ਦੀ ਤਰੀਕ ਪਾਈ ਹੈ, ਤਾਂ ਤੱਕ ਦੀ ਰਿਮਾਂਡ ਦਿੱਤੀ ਹੈ। ਅਤੇ ਇਹਨਾਂ ਦਾ ਜਿਹੜਾ ਮੇਨ ਗਰਾਊਂਡ ਸੀਗਾ ਉਹ 2018 ਦੀ FIR ਦੇ ਰਿਗਾਰਡਿੰਗ ਸੀਗਾ, ਜੋ ਕਿ ਅਸੀਂ ਔਨ ਰਿਕਾਰਡ ਜੱਜ ਸਾਹਿਬ ਦੇ ਅੱਗੇ ਡਾਕੂਮੈਂਟਸ ਦੇ ਥਰੂ ਅਤੇ ਬਾਕੀ ਚੀਜ਼ਾਂ ਦੇ ਥਰੂ ਪ੍ਰੂਵ ਕੀਤਾ ਵੀ ਨਾ ਹੀ ਅਸੀਂ ਉਸ FIR ਦੇ ਵਿੱਚ ਕਿਤੇ ਇਨਵੋਲਵ ਸੀਗੇ, ਨਾ ਹੀ ਸਾਡਾ ਉਸ FIR ਦੇ ਵਿੱਚ ਨਾਂ ਸੀ, ਨਾ ਹੀ ਸਾਡੇ ਕੋਈ ਵੀ ਰਿਲੇਸ਼ਨ ਹੈ ਉਸ FIR ਦੇ ਨਾਲ। ਤਾਂ ਦੇਖੋ ਸਰ, ਉਹਦੇ 'ਚ ਹਲੇ ਮੈਟਰ ਸਬਜਡਸ ਹੈ, ਉਹਦੇ ਰਿਗਾਰਡਿੰਗ ਮੈਂ ਨਹੀਂ ਕੁਛ ਤੁਹਾਡੇ ਅੱਗੇ ਡਿਸਕਲੋਜ਼ ਜਾਂ ਕੁਛ ਬੋਲ ਸਕਦਾ। ਬਸ ਮੈਂ ਇਹ ਦੱਸ ਸਕਦਾ ਕਿ ਨੈਕਸਟ ਡੇਟ 8-2 ਤੱਕ ਦਾ ਰਿਮਾਂਡ ਜਿਹੜੀ ਹੈ ਈਡੀ ਨੂੰ ਮਿਲੀ। ਇਸ ਤੋਂ ਇਲਾਵਾ ਈਡੀ ਦੇ ਵੱਲੋਂ ਇਹ ਪੱਖ ਰੱਖੇ ਗਏ ਨੇ ਕਿ ਇਹ ਪੈਸਾ ਜਿਹੜਾ ਇਹ ਬਦਲੀਆਂ ਦਾ ਹੈ। ਸਰ ਮੈਂ ਜਦ ਤੁਹਾਨੂੰ ਕਹਿ ਰਿਹਾ ਮੈਟਰ ਸਬਜਡਸ ਹੈ, ਮੈਂ ਤੁਹਾਨੂੰ ਕੋਈ ਗੱਲ ਨਹੀਂ ਦੱਸ ਸਕਦਾ। ਇਹ ਦੱਸ ਸਕਦਾ ਕਿ ਨੈਕਸਟ ਡੇਟ 8-2 ਹੈ, ਇਸ ਤੋਂ ਇਲਾਵਾ ਮੈਂ ਕੋਈ ਵੀ ਗੱਲ ਨਹੀਂ। ਈਡੀ ਨੇ ਪਹਿਲਾਂ ਹਿਰਾਸਤ 'ਚ ਲਿਆ ਲੰਬੀ ਪੁੱਛਗਿੱਛ ਤੋਂ ਬਾਅਦ, ਉਦੋਂ ਕੋਈ ਤੁਸੀਂ ਡਿਫੈਂਡ ਕੀਤਾ ਸੀ ਵੀ ਕਿਉਂ ਰੀਜ਼ਨ ਕੀ ਬਣਿਆ, ਇਸ ਚੀਜ਼ ਦਾ ਕੀ ਕਹਿ ਰਹੇ ਹੋ ਤੁਸੀਂ? ਜਦੋਂ ਪੁੱਛਗਿੱਛ ਕੀਤੀ ਸੀ ਉਹਨਾਂ ਨੂੰ ਹਿਰਾਸਤ ਵਿੱਚ ਲੈ ਲਿਆ ਗਿਆ ਰਾਤ ਨੂੰ 12:30 ਵਜੇ, ਤੇ ਉਸ ਸਮੇਂ ਤੁਸੀਂ ਇਸ ਦਾ ਡਿਫੈਂਡ ਕੀਤਾ ਸੀ? ਇਹੀ ਤਾਂ ਗੱਲ ਹੈ ਸਰ, ਈਡੀ ਕਹਿ ਰਹੀ ਹੈ ਕਿ 2018 ਦੀ FIR ਦੇ ਬੇਸ 'ਤੇ ਅਸੀਂ ਮਨੀ ਰਿਸਿਪਟਸ ਰਿਕਵਰ ਕੀਤੀਆਂ, ਬਟ 2018 ਦੀ FIR 'ਚ ਉਹਦਾ ਨਾਮ ਹੀ ਹੈ ਨਹੀਂ। ਤਾਂ ਜਦ ਬੇਸ ਹੀ ਹੈ ਨਹੀਂ, ਤੁਸੀਂ ਇੱਕ ਹਵਾ ਦੇ ਬੇਸ 'ਤੇ ਕਿਵੇਂ ਕਿਸੇ ਨੂੰ ਅਰੈਸਟ ਕਰ ਲਿਆ? ਮੈਂ ਨਹੀਂ ਦੱਸ ਸਕਦਾ ਜੀ, ਉਹ ਤੁਹਾਨੂੰ ਕੋਰਟ, ਹੁਣ ਜਦ ਤੱਕ ਮੈਟਰ ਸਬਜਡਸ ਹੁੰਦਾ ਉਹਦੇ ਵਿੱਚ ਨਾ ਹੀ ਮੈਂ ਕੋਈ ਕੰਟੈਂਸ਼ਨ ਦੇ ਸਕਦਾ। ਉਹ ਕੋਰਟ ਦੇ ਜਿਹੜੇ ਬਿਆਨ ਹੋਣਗੇ ਅੱਗੇ ਤੋਂ ਅੱਗੇ ਕੰਟੈਂਸ਼ਨ ਹੋਣਗੀਆਂ, ਉਹੀ ਕਲੀਅਰ ਕਰਨਗੀਆਂ। ਇਸ ਚੀਜ਼ 'ਤੇ ਮੈਂ ਕੋਈ ਕਮੈਂਟ ਨਹੀਂ ਕਰ ਸਕਦਾ। ਹੁਣ ਮਾਈਨਿੰਗ ਦਾ ਮੁੱਦਾ ਨਹੀਂ ਰਿਹਾ, 10 ਕਰੋੜ ਦਾ ਹੀ ਸਿਰਫ ਜਿਹੜਾ ਇਸ਼ੂ ਆਈਡੀ ਦਾ। ਹਾਂਜੀ, ਦਿੱਲੀ ਲਿਜਾਇਆ ਜਾ ਸਕਦਾ, ਮੋਹਾਲੀ ਜਾਂ ਜਲੰਧਰੀ ਰਹਿਣ? ਸਰ ਈਡੀ ਨੂੰ ਪੁੱਛੋ, ਈਡੀ ਨੇ ਕਿੰਨਾ ਪੈਸਾ ਸ਼ੋਅ ਕੀਤਾ ਹੈ ਤੇ ਜੀ। ਹਾਂਜੀ, ਮੈਂ ਇਸ ਚੀਜ਼ 'ਚ ਕੁਝ ਨਹੀਂ ਕਰ ਸਕਦਾ। ਅਲੀਸ਼ਾ ਬੇਗਮ, ਨਾ ਕੋਈ ਚੁਣੌਤੀ ਨਾ ਕੋਈ ਇਨਾਮ, ਸਿਰਫ ਕੰਮ ਨੂੰ ਸਲਾਮ। ਵਸ਼ੀਕਰਨ ਕਰਵਾਉਣਾ ਹੋਵੇ ਜਾਂ ਤੁੜਵਾਉਣਾ ਹੋਵੇ, ਪਿਆਰ ਵਿੱਚ ਧੋਖਾ, ਵਿਆਹ ਲਈ ਮਾਂ ਬਾਪ ਦਾ ਨਾਮ ਮੰਨਣਾ, ਕੰਮ ਉਹੀ ਜੋ ਸਿਰ ਚੜ ਕੇ ਬੋਲੇ, ਇੱਧਰ ਉੱਧਰ ਨਾ ਭਟਕੋ, ਦੁਆ ਵੀ ਤਕਦੀਰ ਬਦਲ ਸਕਦੀ ਹੈ। ਸੋਚਣ ਨਾਲ ਨਹੀਂ, ਫੋਨ ਕਰਨ ਨਾਲ ਦੁੱਖ ਦੂਰ ਹੋਵੇਗਾ। ਝੂਠੇ ਅਤੇ ਮਿੱਠੇ ਬਣ ਕੇ ਲੁੱਟਣ ਵਾਲਿਆਂ ਤੋਂ ਸਾਵਧਾਨ, ਹਰ ਸਮੱਸਿਆ ਦਾ ਹੱਲ 3 ਦਿਨਾਂ ਵਿੱਚ ਕੀਤਾ ਜਾਂਦਾ ਹੈ। ਜੇ ਤੁਹਾਡੀ ਕਿਸਮਤ 'ਚ ਲੋਟਰੀ ਹੈ ਤਾਂ ਇਸ ਨੂੰ ਕਿਵੇਂ ਪ੍ਰਾਪਤ ਕੀਤਾ ਜਾਵੇ? ਸੁਪਰ ਸਪੈਸ਼ਲਿਸਟ ਪਤੀ ਅਤੇ ਪਤਨੀ ਵਿਚਕਾਰ ਦਰਾਰ, ਪ੍ਰੇਮ ਵਿਆਹ, ਨੌਕਰੀ, ਕਾਰੋਬਾਰ ਵਿੱਚ ਰੁਕਾਵਟ, ਅਦਾਲਤੀ ਕੇਸ, ਤਲਾਕ ਦਾ ਕੇਸ, ਸੌਂਕਣ, ਦੁਸ਼ਮਣ ਤੋਂ ਛੁਟਕਾਰਾ ਪਾਓ। ਲੋਟਰੀ ਸੱਟਾ ਨੰਬਰ, ਵਸ਼ੀਕਰਨ ਕਰਵਾਉਣਾ ਜਾਂ ਤੁੜਵਾਉਣਾ, ਬਿਮਾਰੀ 'ਚ ਦਵਾਈ ਦਾ ਨਾ ਲੱਗਣਾ। ਅਲੀਸ਼ਾ ਬੇਗਮ। ਵਰਲਡ ਫੇਮਸ ਬਾਬਾ ਸਲੀਮ ਖਾਨ, 21 ਵਾਰ ਗੋਲਡ ਮੈਡਲਿਸਟ, ਸਾਰੀਆਂ ਥਾਵਾਂ ਤੋਂ ਨਿਰਾਸ਼ ਅਤੇ ਮਾਯੂਸ ਹੋਣ ਵਾਲੇ, ਇੱਕ ਵਾਰ ਫੋਨ ਜ਼ਰੂਰ ਕਰੋ, ਜਿਵੇਂ ਚਾਹੋਗੇ ਉਵੇਂ ਹੋਏਗਾ। ਇਟਸ ਮਾਈ ਪ੍ਰੋਮਿਸ, ਇਮੀਡੀਏਟਲੀ ਰਿਜ਼ਲਟ, ਓਪਨ ਚੈਲੰਜ, ਇਲਮਾ ਦੇ ਮਾਹਿਰ, A to Z ਸਮੱਸਿਆਵਾਂ ਦਾ ਫੋਨ ਤੇ ਘਰ ਬੈਠੇ ਕਰਵਾਓ ਹੱਲ। ਵਸ਼ੀਕਰਨ ਅਤੇ ਮੁੱਠ ਕਰਨੀ, ਲਵ ਮੈਰਿਜ, ਸੌਤਨ ਅਤੇ ਦੁਸ਼ਮਣ ਤੋਂ ਛੁਟਕਾਰਾ, ਪੱਕਾ ਕੰਮ, ਪੱਕਾ ਹੱਲ, 101% ਗਰੰਟੀ, ਅਸ਼ਟਾਮ ਪੇਪਰ ਸਮੇਤ, ਸਭ ਤੋਂ ਪਹਿਲਾਂ ਕੰਮ ਕਰਨ ਦਾ ਵਾਅਦਾ, ਨੌਕਰੀ, ਪ੍ਰਮੋਸ਼ਨ, ਕਾਰੋਬਾਰ 'ਚ ਪਰੇਸ਼ਾਨੀ, ਘਰ 'ਚ ਝਗੜਾ, ਕੋਰਟ ਕੇਸ, ਤਲਾਕ, ਪ੍ਰਾਪਰਟੀ ਝਗੜਾ, ਪਤੀ ਪਤਨੀ ਚਨਬਨ, ਜਾਂ ਦੁਟੋਣਾ, ਮਨਮੋਣੀ, ਵਸ਼ੀਕਰਨ ਕਰਵਾਓ ਜਾਂ ਤੁੜਵਾਓ, ਰੁੱਸੇ ਨੂੰ ਮਨਾਉਣਾ। ਹੁਣੇ ਕਾਲ ਕਰੋ ਬਾਬਾ ਸਲੀਮ ਖਾਨ, 98 199 37 467।